अपनी बातें अपनी गाड़ी लगा दो, अपनी बातें अपनी गाड़ी लगा दो। ਤੇ ਉਹ ਸਲਾਹਕਾਰ ਨੂੰ ਗੱਡੀ 'ਚ ਨਹੀਂ ਬੈਠਣ ਦਿੱਤਾ ਜਾਂਦਾ, ਜਦੋਂ ਫਿਰ ਉਹਦੀ ਸਲਾਹ 'ਤੇ ਯਕੀਨ ਨਹੀਂ ਹੈਗਾ ਉਹਨੂੰ ਕਿ ਕੀ ਸਲਾਹ ਦੇਊਗਾ ਇਹ, ਜਾਂ ਫਿਰ ਸਲਾਹ ਚਾਹੀਦੀ ਉਹਨਾਂ ਨੂੰ। ਕੈਪਟਨ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ, ਕਿਰਪਾ ਕਰਕੇ ਤੁਸੀਂ ਆਪਦੀ ਪਾਰਟੀ ਦੇਖ ਲਓ, ਜਿਹੜੀਆਂ ਪੰਜੇ ਦੀਆਂ ਉਂਗਲਾਂ ਇੱਧਰ ਉੱਧਰ ਹੋ ਗਈਆਂ, ਠੀਕ ਹੈ ਨਾ, ਹਰਿਆਣੇ 'ਚ ਖਿੰਡ ਗਏ, ਠੀਕ ਹੈ ਜੀ, ਰਾਹੁਲ ਗਾਂਧੀ ਮਨਾਈ ਜਾਂਦੇ ਨੇ, ਠੀਕ ਹੈ ਜੀ, ਉਹ ਕਹਿੰਦਾ ਮੈਂ ਪ੍ਰਚਾਰ ਹੀ ਨਹੀਂ ਕਰਦਾ, ਠੀਕ ਹੈ, ਨਵਜੋਤ ਸਿੱਧੂ ਨੂੰ ਘਰੇ ਬਿਠਾ ਦਾ ਤੁਸੀਂ, ਕਿਰਪਾ ਕਰਕੇ ਤੁਸੀਂ ਆਪਣਾ ਕਰ ਲਓ, ਆਮ ਆਦਮੀ ਪਾਰਟੀ ਦੀ ਫਿਕਰ ਨਾ। ਉਹਨਾਂ ਨੇ ਤਾਂ ਕੀਤਾ ਸੀਗਾ ਸਾਰਾ ਇਹ, ਉਹਨਾਂ ਨੇ ਆਪ ਹੀ ਰਸਤੇ ਬੰਦ ਕਰ ਰੱਖੇ ਨੇ ਇੰਨਾ ਕੁਛ ਬੋਲ ਕੇ। ਉਹ ਕਹਿੰਦੇ ਨਾ, ਦੁਸ਼ਮਣੀ ਕਰੋ ਤਾਂ ਜੰਮ ਕੇ ਕਰੋ, ਮਗਰ ਖਿਆਲ ਇਤਨਾ ਰਹੇ ਕਿ ਕਹੀਂ ਦੁਬਾਰਾ ਦੋਸਤ ਬਣੇ ਤਾਂ ਸ਼ਰਮਿੰਦਾ ਨਾ। ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਰੋਡ ਸ਼ੋਅ ਕਰਨ 'ਚ ਜੁਟੀਆਂ ਹੋਈਆਂ ਨੇ, ਪਰ ਕਾਂਗਰਸ ਪਾਰਟੀ ਦੇ ਰੋਡ ਸ਼ੋਅ ਕਾਫੀ ਸੁਰਖੀਆਂ 'ਚ ਚੱਲ ਰਹੇ ਨੇ। ਬੀਤੇ ਦਿਨੀ ਕੈਪਟਨ ਵੱਲੋਂ ਰੋਡ ਸ਼ੋਅ ਕੀਤਾ ਗਿਆ, ਜਿਸ ਦੌਰਾਨ ਜਦੋਂ ਉਹਨਾਂ ਦੇ ਮੰਤਰੀ ਕੈਪਟਨ ਦੀ ਗੱਡੀ ਵਿੱਚ ਬੈਠਣ ਲੱਗੇ ਤਾਂ ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਬੈਠਣ ਤੋਂ ਇਨਕਾਰ ਕਰ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਰਾਣਾ ਗੁਰਮੀਤ ਸੋਢੀ ਤੇ ਰਾਜਾ ਵੜਿੰਗ ਨਾਲ ਹੋਏ ਇਸ ਮਾੜੇ ਵਿਵਹਾਰ ਤੇ ਵਿਰੋਧੀ ਪਾਰਟੀਆਂ ਵੱਲੋਂ ਵੀ ਬਿਆਨਬਾਜ਼ੀ ਆਉਣੀ ਸ਼ੁਰੂ ਹੋ ਗਈ ਹੈ। ਆਪ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਕੈਪਟਨ ਤੇ ਤੰਜ ਕਸਦੇ ਕਿਹਾ ਕਿ ਜਾਂ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਸਲਾਹਕਾਰਾਂ ਤੇ ਯਕੀਨ ਨਹੀਂ, ਜਾਂ ਫਿਰ ਉਹ ਉਹਨਾਂ ਦੀ ਸਲਾਹ ਨਹੀਂ ਲੈਣਾ ਚਾਹੁੰਦੇ, ਇਸੇ ਕਰਕੇ ਉਹਨਾਂ ਨੂੰ ਗੱਡੀ 'ਚ ਨਹੀਂ ਬੈਠਣ ਦਿੱਤਾ ਗਿਆ। ਕਿਉਂਕਿ ਸਲਾਹਕਾਰ ਨੂੰ ਗੱਡੀ 'ਚ ਨਹੀਂ ਬੈਠਣ ਦਿੱਤਾ ਜਾਂਦਾ, ਜਦੋਂ ਫਿਰ ਉਹਦੀ ਸਲਾਹ 'ਤੇ ਯਕੀਨ ਨਹੀਂ ਹੈਗਾ ਉਹਨੂੰ ਕਿ ਕੀ ਸਲਾਹ ਦੇਊਗਾ ਇਹ, ਜਾਂ ਫਿਰ ਸਲਾਹ ਚਾਹੀਦੀ ਨਹੀਂ ਉਹਨਾਂ ਨੂੰ, ਠੀਕ ਹੈ ਜੀ। ਮਨਿਸਟਰ ਨੂੰ ਗੱਡੀ 'ਚ ਨਹੀਂ ਬੈਠ ਦਿੱਤਾ ਜਾਂਦਾ, ਆਹ ਫਿਰਦੇ ਨੇ ਸਾਡੇ ਭੁੱਖੜ, ਇਹ ਗੱਡੀ ਦੇ ਉੱਤੇ ਵੀ ਚੜ ਜਾਂਦੇ ਮੇਰੇ ਛੱਤ 'ਤੇ, ਠੀਕ ਹੈ ਨਾ। ਸੋ ਨੰਬਰ 2 'ਤੇ ਜਿਹੜਾ ਉਹਨਾਂ ਨੇ ਰੋਡ ਸ਼ੋਅ ਕਰ ਰਹੇ ਨੇ, ਹੁਣ ਕਿਉਂ ਕਿਵੇਂ ਕਿਹੜੇ ਮੂੰਹ ਨਾਲ ਬਾਹਰ ਆ ਰਹੇ ਨੇ ਉਹ, ਜਾਂ ਸ਼ਾਇਦ ਰੋਡ ਸ਼ੋਅ ਤਾਂਹੀਓ ਕਰ ਰਹੇ ਹੋਣਗੇ ਲੋਕਾਂ ਦੀ ਪਹੁੰਚ ਤੋਂ ਥੋੜ੍ਹਾ ਜਿਹਾ ਦੂਰ ਆ, ਵੀ ਕੋਈ ਲੋਕ ਜਿਹੜੇ ਨੇ ਕੋਈ ਉਲਾਂਭਾ ਨਹੀਂ ਦੇ ਸਕਦੇ, ਕੋਈ ਸਵਾਲ ਨਹੀਂ ਕਰ ਸਕਦੇ। ਅਤੇ ਜੇ ਤਾਂ ਕੋਈ ਬਾਤ, ਦੁੱਖ ਦੀ ਗੱਲ ਇਹ ਹੈ ਕੈਪਟਨ ਸਾਹਿਬ ਇਹ ਵੀ ਭੁੱਲ ਗਏ ਕਿ ਗੁਟਕਾ ਸਾਹਿਬ ਦੀ ਸਹੁੰ ਕਿੱਥੇ ਖਾਧੀ ਸੀ, ਬਠਿੰਡੇ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਦੱਸ ਨਹੀਂ ਸਕੇ ਕਿ ਕਿਹੜੇ ਸ਼ਹਿਰ 'ਚ ਖਾਧੀ ਸੀ। ਇੱਥੋਂ ਹੀ ਸਿੱਧ ਹੁੰਦਾ ਕਿ ਕਿੰਨਾ ਕੁ ਉਹਨਾਂ ਮਤਲਬ ਲੋਕਾਂ ਦਾ ਖਿਆਲ ਹੈ ਜਾਂ ਆਪਦੀ ਜਨਤਾ ਦਾ। ਪੰਜਾਬ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਕੁਝ ਹੈ ਨਹੀਂਗਾ, ਹੁਣ ਫੂਲਕਾ ਛੱਡ ਕੇ ਚਲੇ ਗਏ, ਦੁਬਾਰਾ ਚੋਣ ਹੋ ਰਹੀ ਹੈ, ਜਿਹੜੇ ਕੁਝ ਸੀ ਉਹ ਦੂਜੇ ਪਾਸੇ ਚਲੇ ਗਏ। ਕੈਪਟਨ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ, ਕਿਰਪਾ ਕਰਕੇ ਤੁਸੀਂ ਆਪਦੀ ਪਾਰਟੀ ਦੇਖ ਲਓ, ਜਿਹੜੀਆਂ ਪੰਜੇ ਦੀਆਂ ਉਂਗਲਾਂ ਜਾਂ ਇੱਧਰ ਉੱਧਰ ਹੋ ਗਈਆਂ, ਠੀਕ ਹੈ ਨਾ, ਹਰਿਆਣੇ 'ਚ ਤੁਸੀਂ ਖਿੰਡ ਗਏ, ਠੀਕ ਹੈ ਜੀ, ਰਾਹੁਲ ਗਾਂਧੀ ਮਨਾਈ ਜਾਂਦੇ ਨੇ, ਠੀਕ ਹੈ ਜੀ, ਉਹ ਕਹਿੰਦਾ ਮੈਂ ਪ੍ਰਚਾਰ ਹੀ ਨਹੀਂ ਕਰਦਾ, ਠੀਕ ਹੈ, ਨਵਜੋਤ ਸਿੱਧੂ ਨੂੰ ਘਰੇ ਬਿਠਾ ਦਾ ਤੁਸੀਂ, ਠੀਕ ਹੈ, ਤੁਸੀਂ ਕਿਰਪਾ ਕਰਕੇ ਤੁਸੀਂ ਆਪਣਾ ਕਰ ਲਓ, ਆਮ ਆਦਮੀ ਪਾਰਟੀ ਦੀ ਫਿਕਰ ਨਾ ਕਰੋ। ਇਸ ਤੋਂ ਇਲਾਵਾ ਮਾਨ ਨੇ ਮਾਸਟਰ ਬਲਦੇਵ ਸਿੰਘ ਦੇ ਪਾਰਟੀ 'ਚ ਸ਼ਾਮਿਲ ਹੋਣ ਤੇ ਖੁਸ਼ੀ ਜ਼ਾਹਿਰ ਕੀਤੀ ਤੇ ਨਾਲ ਹੀ ਉਹਨਾਂ ਨੇ ਸੁਖਪਾਲ ਖਹਿਰਾ ਤੇ ਤੰਜ ਕਰਦਿਆਂ ਕਿਹਾ ਕਿ ਉਹਨਾਂ ਨੇ ਪਾਰਟੀ 'ਚ ਵਾਪਸ ਆਉਣ ਦੇ ਸਾਰੇ ਰਾਹ ਬੰਦ ਕਰ ਦਿੱਤੇ। ਦੇਖੋ, ਮੈਂ ਅਕਸਰ ਇਹ ਸਟੇਟਮੈਂਟ ਮੇਰੀ ਹੁੰਦੀ ਸੀ, ਮੈਂ ਕਹਿੰਦਾ ਰਿਹਾ ਕਿ ਉਹ ਜਿਹੜੇ MLAs ਨੇ ਉਹਨਾਂ ਨੂੰ ਮਤਲਬ ਭਰਮਾ ਕੇ ਲੈ ਗਏ ਸੀਗੇ, ਕੋਈ ਸੁਪਨੇ ਦਿਖਾਏ ਹੋਣੇ ਕੁਛ ਇਸ ਤਰ੍ਹਾਂ ਦੇ, ਪਰ ਉਸ ਤੋਂ ਬਾਅਦ ਉਹ ਜਿਹੜੇ ਨੇ ਉਹਨਾਂ ਦੀ ਵਾਪਸੀ ਦਾ ਜਿਹੜਾ ਉਹਨਾਂ ਨੂੰ ਰਾਹ ਅਸੀਂ ਕਿਹਾ ਸੀਗਾ ਇਹ ਕਿ ਉਹਨਾਂ ਨੂੰ ਉਹਨਾਂ ਨਾਲ ਅਸੀਂ ਕੋਈ ਸਾਡਾ ਸ਼ਿਕਵਾ ਸ਼ਿਕਾਇਤ ਨਹੀਂ, ਅਤੇ ਉਹਨਾਂ ਨੇ ਕੱਲ੍ਹ ਮੈਨੂੰ ਮਿਲੇ ਅਤੇ ਮੈਂ ਤਾਂ ਉਹਨਾਂ ਨੂੰ ਬਲਕਿ ਕਿਹਾ ਕਿ ਤੁਸੀਂ, ਮੈਂ ਇੱਕ ਮਾਸਟਰ ਦਾ ਮੁੰਡਾ ਜੀ, ਤੁਸੀਂ ਇੱਕ ਮਾਸਟਰ ਹੋ, ਸੋ ਟੀਚਰ ਜਾਂ ਪੇਰੈਂਟਸ ਉਹ ਝਿੜਕਦੇ ਵੀ ਨੇ, ਕਹਿੰਦੇ ਵੀ ਟੀਚਰਾਂ ਦੀਆਂ ਅਤੇ ਮਾਪਿਆਂ ਦੀਆਂ ਗਾਲਾਂ ਘਿਓ ਦੀਆਂ ਨਾਲ, ਤਾਂ ਮੈਨੂੰ ਤਾਂ ਕੋਈ ਗੁੱਸਾ ਨਹੀਂ, ਪਰ ਵਲੰਟੀਅਰ ਜਿਹੜੇ ਜਿਨ੍ਹਾਂ ਨੇ ਮਤਲਬ ਅੱਗੇ ਲੱਗ ਕੇ ਕੰਮ ਕੀਤਾ, ਉਹਨਾਂ ਨੂੰ ਤੁਸੀਂ ਜ਼ਰੂਰ ਜਾ ਕੇ ਮਿਲ ਕੇ ਉਹਨਾਂ ਨੂੰ ਸੈਟਿਸਫਾਈ ਕਰਾਓ। ਸੋ ਵੈਲਕਮ ਕੀਤਾ ਜੀ, ਬਾਕੀਆਂ ਨੂੰ ਵੀ ਇਹੀ ਅਪੀਲ ਹੈ ਵੀ ਪੰਜਾਬ ਦੀ ਲੜਾਈ ਹੈ, ਆਪਾਂ ਕੋਈ ਕਿਸੇ ਅਹੁਦੇ ਦੀ ਜਾਂ ਕੋਈ ਨਿੱਜੀ ਹੋਣੀ, ਇਹਦੇ ਵਾਸਤੇ ਫਿਰ ਤੁਹਾਡਾ ਕੱਲ੍ਹ ਨੂੰ ਯੋਗਦਾਨ ਜਿਹੜਾ ਉਹ ਲਿਖਿਆ ਜਾਊਗਾ ਹਿਸਟਰੀ ਦੇ ਵਿੱਚ ਕਿ ਹਾਂ ਇਹਨਾਂ ਨੇ ਪੰਜਾਬ ਵਾਸਤੇ ਕੀਤਾ ਸੀ, ਜਿਹੜੇ ਨਹੀਂ ਕਰਦੇ ਉਹਨਾਂ ਦਾ ਵੀ ਲਿਖਿਆ ਜਾਊਗਾ ਕਿ ਇਹਨਾਂ ਨੇ ਉਦੋਂ ਨਹੀਂ ਕੀਤਾ ਸੀ। ਸੋ ਇੱਕ ਦੋ MLA ਹੋਰ ਇਨ ਟੱਚ ਨੇ ਅਤੇ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਉਹਨਾਂ ਦੀ ਵਾਪਸੀ ਹੋਈ। ਉਹਨਾਂ ਨੇ ਤਾਂ ਕੀਤਾ ਸੀਗਾ ਸਾਰਾ ਇਹ, ਫਿਰ ਉਹਨਾਂ ਨੇ ਆਪ ਹੀ ਰਸਤੇ ਬੰਦ ਕਰ ਰੱਖੇ ਨੇ ਇੰਨਾ ਕੁਛ ਬੋਲ ਕੇ। ਉਹ ਕਹਿੰਦੇ ਨਾ, ਦੁਸ਼ਮਣੀ ਕਰੋ ਤਾਂ ਜੰਮ ਕੇ ਕਰੋ, ਮਗਰ ਖਿਆਲ ਇਤਨਾ ਰਹੇ ਕਿ ਕਹੀਂ ਦੁਬਾਰਾ ਦੋਸਤ ਬਣੇ ਤਾਂ ਸ਼ਰਮਿੰਦਾ ਨਾ ਹੋ। ਸੋ ਮਤਲਬ ਮੈਂ ਇਹਦੇ ਬਾਰੇ ਕੁਛ ਕਹਿ ਨਹੀਂ ਸਕਦਾ, ਪਾਰਟੀ ਦੀ ਕੋਰ ਕਮੇਟੀ 'ਚ ਬੈਠ ਕੇ ਗੱਲ ਕਰ ਸਕਦੇ, ਪਰ ਜਿਸ ਤਰੀਕੇ ਦਾ ਉਹਨਾਂ ਨੇ ਪਾਰਟੀ ਨਾਲ
ਕੀਤਾ ਹੈ ਧੋਖਾ, ਜਿਹੜੀ ਪਾਰਟੀ ਨੇ ਉਹਨਾਂ ਨੂੰ LOP ਵੀ ਬਣਾਇਆ ਸੀ, ਅਤੇ ਮੁੜ ਕੇ LOP ਤੋਂ ਨਿਕਲਣ ਸਾਰ ਉਹਨਾਂ ਨੇ ਪੰਜਾਬ ਦੇ ਗਦਾਰ ਹੋਰ ਕਮੀਨਾ ਅਰਵਿੰਦ ਕੇਜਰੀਵਾਲ ਲਈ ਇਹੋ ਜਿਹੇ ਲਫਜ਼ ਵਰਤੇ ਜਿਹੜੇ ਮਤਲਬ ਇੱਕ ਸੱਭਿਅਕ ਸਮਾਜ ਦੇ ਵਿੱਚ ਨਹੀਂ ਹੁੰਦੇ, ਫਿਰ ਇੰਨਾ ਬੋਲ ਕੇ ਫਿਰ ਉਹਨੂੰ ਰਸਤਾ ਉਹਨਾਂ ਨੇ ਆਪ ਹੀ ਬੰਦ ਕਰਕੇ। ਦੇਖਿਆ ਜਾਵੇ ਤਾਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਖੂਬ ਪੱਕਿਆ ਹੋਇਆ। ਸਿਆਸਤਦਾਨ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਰੋਡ ਸ਼ੋਅ ਕਰ ਰਹੇ ਨੇ। ਇਹਨਾਂ ਰੋਡ ਸ਼ੋਅ ਦੌਰਾਨ ਕਈ ਵਾਰ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ ਜੋ ਸੁਰਖੀਆਂ 'ਚ ਚੱਲਦੀਆਂ ਰਹਿੰਦੀਆਂ ਨੇ। ਇਨ੍ਹੀਂ ਦਿਨੀ ਕਾਂਗਰਸ ਸਰਕਾਰ ਕਾਫੀ ਚਰਚਾ 'ਚ ਚੱਲ ਰਹੀ ਹੈ। ਸੰਗਰੂਰ ਤੋਂ ਬਿਊਰੋ ਰਿਪੋਰਟ, ਚੈਨਲ ਪੰਜਾਬ। ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ।